जी सिंघा प्रेस न्यूज संचालक जसतुना वाला चैनल सहयोगी सज्जन सरदार सरवण सिंह फौजी समाज सेवी चोहला साहिब गोबिंद सिंह मान सरहाली कलां सरबजीत सिंह साबी खुशी जनरल स्टोर चोहला साहिब वालों मिली जानकारी मुताबिक पत्रकार जसबीर सिंह की रिपोर्ट उन्होंने दस्या कि जिला तरन तारण च पैंदे इतिहासक नगर चोहला साहिब विखे धन धन श्री गुरु अर्जन देव खेड स्टेडियम च तीन रोजा हाकी मेला बड़े वड्डे पद्धर ते हो रहा है। पिछले कल रोज मिति 28 फरवरी अते 1 मार्च तक होवेगा जिस विच नैशनल स्टेट जिला अते ब्लाक पद्धर ते पहुंच के टीमां खेड रहियां हन। यह हाकी मेला प्रबंधक कमेटी अते नगर दे मोहतबार सज्जन नगर निवासी अते इलाका निवासी संगता सदका करवाया जा रहा है। इलाका निवासी खेड प्रेमियों नूं बेनती है आप अते अपने बच्चों नूं लै के खेड स्टेडियम च पहुंच के अपने बच्चों नूं खेडां वल प्रेरित करो अते खेड मेले दीआं रौनकां वधाओ अते खेड मेले दा आनंद भी माणो। दस रहे हैं सरदार बिल्ला सिंह जी चोहला साहिब अते सोनू सिंह जी चोहला साहिब पत्रकार जसबीर सिंह दी रिपोर्ट वेखो वीडियो अते तस्वीरां च साइन बोर्ड ਤੁਹਾਡੇ ਸਾਹਮਣੇ ਬਿੱਲਾ ਭਾਜੀ ਮੈਂ ਪੱਤਰਕਾਰ ਜਸਬੀਰ ਸਿੰਘ ਅੱਜ ਚੋਹਲਾ ਸਾਹਿਬ ਵਿੱਚ ਬਹੁਤ ਵੱਡਾ ਹਾਕੀ ਮੈਚ ਹੋਇਆ ਹੈ ਜੋ ਗੁਰੂ ਅਰਜਨ ਦੇਵ ਗਰਾਊਂਡ ਵਿੱਚ ਦੱਸਣਾ ਚਾਹੁੰਦੇ ਸੰਗਤਾਂ ਨੂੰ ਕਿਹੋ ਜਿਹਾ ਲੱਗ ਰਿਹਾ ਸੰਗਤਾਂ ਨੂੰ ਤਰ੍ਹਾਂ ਹੋਇਆ ਮੈਚ ਜਸ ਜੀ ਇਹ ਮੈਚ ਇਸ ਵਾਰ ਦੂਸਰੀ ਵਾਰ ਹੋ ਰਿਹਾ ਜੀ ਇਹ ਚੋਹਲਾ ਸਾਹਿਬ ਦੇ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਰਲ ਮਿਲ ਕੇ ਇਹ ਮੈਚ ਖੇਡੇ ਰਹੇ ਜਾ ਰਹੇ ਆ ਅੱਜ ਕੁੱਲ 4 ਟੀਮਾਂ ਦੇ ਮੈਚ ਹੋਏ ਆ ਜੀ ਜਿਨ੍ਹਾਂ ਵਿੱਚੋਂ 4 ਟੀਮਾਂ ਜੇਤੂ ਹੋਈਆਂ ਸਾਰਿਆਂ ਨੂੰ ਫਸਵਾਂ ਮੈਚ ਜਿਹੜਾ ਵੇਖਣ ਯੋਗ ਚੋਹਲਾ ਸਾਹਿਬ ਤੇ ਸਰਿਆਲੀ ਦਾ ਹੋਇਆ ਜਿਸ ਵਿੱਚ ਚੋਹਲਾ ਸਾਹਿਬ ਦੀ ਟੀਮ 1 ਗੋਲ ਨਾਲ ਜੇਤੂ ਰਹੀ ਆ ਮੁੰਡੇ ਬਹੁਤ ਵਧੀਆ ਖੇਡੇ ਆ ਇਸੇ ਤਰ੍ਹਾਂ ਮੁੰਡੇ ਨੂੰ ਉਤਸ਼ਾਹ ਦੇਣ ਵਾਸਤੇ ਸਾਰੇ ਵੀਰਾਂ ਨੇ ਵੱਖ ਵੱਖ ਇਨਾਮ ਰੱਖੇ ਗਏ ਸੀ ਸਪੈਸ਼ਲ ਇਨਾਮ 1000 ਰੁਪਇਆ ਜੇਤੂ ਟੀਮ ਦਾ ਸੀਗਾ ਬਾਕੀ ਪਹਿਲਾ ਗੋਲ ਕਰਨ ਵਾਲੇ ਨੂੰ 200 ਰੁਪਏ ਦੋ ਵੀਰਾਂ ਨੇ ਦਿੱਤੇ ਆ ਉਹ ਇੱਕ ਮੇਰੇ ਵੱਲੋਂ ਤੇ ਇੱਕ ਰਵੀਪਾਲ ਵੱਲੋਂ ਤੇ 3-5-500 ਰੁਪਏ ਦਿੱਤੇ ਗਏ ਜੇਤੂ ਟੀਮ ਨੂੰ ਇਸੇ ਤਰ੍ਹਾਂ ਖਿਡਾਰੀਆਂ ਦਾ ਉਤਸ਼ਾਹ ਵਧਣ ਵਾਸਤੇ ਅਸੀਂ ਕੱਲ ਤੇ ਪਰਸੋਂ ਵੀ ਇਸੇ ਤਰ੍ਹਾਂ ਮੈਚ ਜਿਹੜੇ ਆ ਇਹ ਹੁੰਦੇ ਰਹਿਣਗੇ ਤੇ ਉਤਸ਼ਾਹ ਵਧਾਉਂਦੇ ਰਵਾਂਗੇ ਜੀ ਅੱਜ ਕੰਨੋਲ ਅੱਜ ਦਾ ਮੈਚ ਹੋਇਆ ਜੋ ਕੱਲ ਵੀ ਮੈਚ ਹੋਣਾ ਹਾਕੀ ਮੈਚ ਪਰਸੋਂ ਵੀ ਮੈਚ ਹੋਏਗਾ ਹਾਂਜੀ ਇਹ 3 ਦਿਨ 27 28 ਤੇ 1 ਜਨਵਰੀ ਨੂੰ ਸੌਰੀ 1 ਤਰੀਕ ਨੂੰ ਮਾਰਚ ਨੂੰ ਇਹ ਮੈਚ ਇਹ ਫਾਈਨਲ ਹੋਣੇ ਆ ਜੀ ਅੱਛਾ ਜੀ ਧੰਨਵਾਦ ਬਿੱਲਾ ਜੀ ਆਪ ਜੀ ਨੇ ਸਾਡੇ ਚੈਨਲ ਨੂੰ ਚੜ੍ਹਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੋ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਅੱਜ ਹਾਕੀ ਮੈਚ ਹੈ ਚੋਹਲਾ ਸਾਹਿਬ ਵਿੱਚ ਆਪ ਕਮੈਂਡਰ ਵੀ ਹੋ ਕਮੈਂਟਰੀ ਵੀ ਕਰ ਰਹੇ ਹੋ ਆਪ ਜੀ ਨੂੰ ਮੇਰੇ ਖਿਆਲ ਗਿਣਤੀ ਦਾ ਵੀ ਪਤਾ ਹੋਏਗਾ ਦੱਸਣਾ ਚਾਹੋਗੇ ਕਿਹੜੇ ਕਿਹੜੇ ਨਾਮ ਰੱਖੇ ਗਏ ਨੇ ਕਿਹੜੀ ਕਿਹੜੀ ਟੀਮ ਖੇਡ ਰਹੀ ਹੈ ਤੇ ਕਿਹੜੇ ਕਿਹੜੇ ਦਿਨ ਖੇਡੀ ਜਾਣੀ ਹੈ ਇਹ ਜਸ ਜੀ ਇਹ ਸਾਲਾਨਾ ਟੂਰਨਾਮੈਂਟ ਹੈ ਦੂਸਰਾ ਇਹ ਟੂਰਨਾਮੈਂਟ ਹੈ ਹਾਕੀ ਦਾ ਬੜੀਆਂ ਉੱਚ ਕੋਟੀ ਦੀਆਂ ਟੀਮਾਂ ਜਿਹੜੀਆਂ ਉਹ ਪਹੁੰਚੀਆਂ ਨੇ ਦਿੱਲੀ ਤੋਂ ਬਰੇਲੀ ਉੱਤਰ ਪ੍ਰਦੇਸ਼ ਕਰਨਾਲ ਹਰਿਆਣਾ ਕਾਫੀ ਟੀਮਾਂ ਦੂਰੋਂ ਦੂਰੋਂ ਆਈਆਂ ਨੇ ਨੇੜੇ ਦੀਆਂ ਸਾਡੀਆਂ ਲੋਕਲ ਟੀਮਾਂ ਵੀ ਨੇ ਜਿਹਦੇ ਵਿੱਚ ਸਾਡੀ ਟੀਮ ਚੋਹਲਾ ਸਾਹਿਬ ਦੀ ਉਹ ਵੀ ਖੇਡ ਰਹੀ ਹੈ ਹੁਣੇ ਹੁਣੇ ਜਿਹੜਾ ਮੈਚ ਹੋ ਕੇ ਹਟਿਆ ਸਰਹਾਲੀ ਤੇ ਚੋਹਲੇ ਦੇ ਦਰਮਿਆਨ ਹੋਇਆ 1-0 ਦੇ ਨਾਲ ਚੋਹਲਾ ਸਾਹਿਬ ਦੀ ਟੀਮ ਜੇਤੂ ਰਹੀ ਹੈ ਔਰ ਜਿਹੜੇ ਇਨਾਮ ਰੱਖੇ ਨੇ ਬੜੇ ਦਿਲ ਖਿੱਚਵੇਂ ਇਨਾਮ ਨੇ ਸਾਡੇ ਵੱਲੋਂ ਸਾਡੇ ਸਾਰੇ ਹੀ ਕਲੱਬ ਮੈਂਬਰਾਂ ਵੱਲੋਂ ਬੜੇ ਦਿਲ ਖਿੱਚਵੇਂ ਇਨਾਮ ਇਹਨਾਂ ਨੂੰ ਦਿੱਤੇ ਜਾਣੇ ਨੇ ਪਲੇਅਰਾਂ ਨੂੰ ਆਏ ਖਿਡਾਰੀਆਂ ਨੂੰ ਮਾਣ ਸਨਮਾਨ ਵੀ ਦਿੱਤੇ ਜਾ ਰਹੇ ਨੇ ਹਰੇਕ ਗੋਲ ਦੇ ਉੱਤੇ ਸਾਡੇ ਸਤਿਕਾਰਯੋਗ ਵੀਰਾਂ ਵੱਲੋਂ ਹਰੇਕ ਗੋਲ ਤੇ ਪੈਸੇ ਲੱਗ ਰਹੇ ਨੇ ਖਿਡਾਰੀਆਂ ਦਾ ਮਾਣ ਕੀਤਾ ਜਾ ਰਿਹਾ ਔਰ ਇਹ ਪੈਸੇ ਜਿਹੜੇ ਆ ਬਿੱਲਾ ਭਾਜੀ ਚੋਹਲਾ ਸਾਹਿਬ ਵਾਲੇ ਉਹਨਾਂ ਵੱਲੋਂ ਰਵੀਪਾਲ ਜੀ ਵੱਲੋਂ ਹੋਰ NRI ਵੀਰਾਂ ਦਾ ਬਹੁਤ ਸਹਿਯੋਗ ਹੈ ਹੈਰੀ ਇੰਗਲੈਂਡ ਸੋਨੂ ਕੈਨੇਡੀਅਨ ਸੁਖਮਾਨ ਆਸਟ੍ਰੇਲੀਆ ਕੈਨੇਡੀਅਨ ਇਹਨਾਂ ਵੀਰਾਂ ਵੱਲੋਂ ਗੁਰਜੀਤ ਸਿੰਘ ਵੀਰ ਹੈ ਪ੍ਰਿੰਸ ਉਹਦੇ ਵੱਲੋਂ 21,000 ਰੁਪਇਆ ਬੜੇ ਬੜੇ ਯੋਗਦਾਨ ਇਹਨਾਂ ਵੀਰਾਂ ਨੇ ਦਿੱਤੇ ਆ ਔਰ ਅਸੀਂ ਜਿਹੜੇ ਇਨਾਮ ਵੰਡ ਸਮਾਰੋਹ ਜਿਹੜਾ 3 ਦਿਨ ਦਾ ਇਹ ਟੂਰਨਾਮੈਂਟ ਚੱਲਣਾ ਕੱਲ੍ਹ ਵੀ ਮੈਚ ਹੋਣਗੇ ਔਰ ਪਰਸੋਂ ਨੂੰ 1 ਤਰੀਕ ਨੂੰ ਜਿਹੜੇ ਮੈਚ ਫਾਈਨਲ ਜਿਹੜੇ ਹੋਣਗੇ ਫਾਈਨਲ ਟੀਮਾਂ ਨੂੰ ਇਨਾਮ ਜਿਹੜੇ ਦਿੱਤੇ ਜਾਣੇ ਨੇ ਪਹਿਲਾ ਇਨਾਮ ਜਿਹੜਾ ਉਹ ਅਸੀਂ ਸਾਡੇ ਵੱਲੋਂ 61,000 ਰੁਪਇਆ ਦਿੱਤਾ ਜਾਣਾ ਹੈ ਦੂਸਰਾ ਇਨਾਮ ਜਿਹੜਾ ਹੈ ਸੈਕਿੰਡ ਟੀਮ ਨੂੰ 51,000 ਰੁਪਇਆ ਦਿੱਤਾ ਜਾਣਾ ਹੈ ਕੁਆਟਰ ਫਾਈਨਲ ਵਾਲੀਆਂ ਸੈਮੀ ਫਾਈਨਲ ਵਾਲੀਆਂ ਟੀਮਾਂ ਨੂੰ ਵੀ ਇਨਾਮ ਦਿੱਤੇ ਜਾਣੇ ਆ ਨਗਦ ਇਨਾਮ ਜਿਹੜੇ ਨਗਦ ਰਾਸ਼ੀ ਦਿੱਤੀ ਜਾਊਗੀ
और जिन्हिया भी टीम साढ़े को पहुंचा ने हरेक टीम असी पार्टीसपेट 3100 रुपया दे रहे हैं और लंगर का भी जिहड़ा वा उचेचा प्रबंध उन्हां वास्ते किया गया आ, रहायश का भी प्रबंध किया आ, बहुत वड्डे प्रबंध किए ने और यह सारा सहयोग साडे इलाका निवासियों के वीर भरावां दे सज्जणां दे यारां दोस्तों के एन आर आई वीर इन्हां दे सदका यह अज ये जिहड़े काम हो रहे हैं कल्ले बंदे का काम नहीं है। मैं तहे दिलों धन्नवाद करदा अपनी सारी ही प्रबंधकी कमेटी वालों और तुहाडे माध्यम राही जो अही ये खबर पहुँचा रहे हैं। मैं तुहाडा भी बहुत बहुत धन्यवाद करदा जस जी कि तुसी ये साडे टूरनामेंट नूं अपने मीडिया दे विच लैके जाओगे, बहुत बहुत धन्यवाद है जी, मेहरबानी शुक्रिया जी। आप जी का कहने का भाव कि साडे इलाके विच 1400 इलाके तरन तारण जिले के जो हाकी मैच कराया जा रहा है इलाके के बच्चों उत्साहित किया जाता इहोजे तुहाडे माध्यम राही जो अही ये खबर पहुँचा रहे हैं। मैं तुहाडा भी बहुत बहुत धन्यवाद करदा जस जी कि तुसी ये साडे टूरनामेंट नूं अपने मीडिया दे विच लैके जाओगे, बहुत बहुत धन्यवाद है जी, मेहरबानी शुक्रिया जी। आप जी का कहने का भाव कि साडे इलाके विच 1400 इलाके तरन तारण जिले के विच जो हाकी मैच कराया जा रहा है इलाके के बच्चों उत्साहित किया जाता इहोजे टूरनामेंट कराने चाहिए हैं, बच्चों नूं समझ लगे खेड मेले किवें लगदे हैं। आप जी कहने का भाव यह है देखो जी जिस तरह आप अज का माहौल वेखिए भी अज का माहौल बहुत ज़्यादा कुराहे पै रहा है, बहुत जनता जिहड़ी है वो गलत पासे जा रही है, नशियां वल नूं जा रही है और ये टूरनामेंट इसे करके करवाए जाते हैं भी बच्चों नूं खेड देख वेखणगे उन्हां नूं अच्छा लगेगा भी वह भी इस पासे खेडां वल नूं जुड़नगे। साडा शुरू तो ही टीचा रहा है पिछले कुछ 20 सालों तो असी छोटे छोटे बच्चे तैयार करके खड़ा रहे हैं, वध तो वध बच्चे जोड़न की कोशिश कर रहे हैं भी वध तो वध बच्चे जुड़नगे, कोई चार प्लेयर खेडणगे, कोई पिंड का नाम रोशन करनगे और माड़े कामों तो क्रेज करनगे और जे कोई प्लेयर साडे पिंड का कोई एक भी बनता है वधिया प्लेयर बनता है कोई नाम रोशन करता तो उहदे वास्ते साडे वास्ते बहुत वड्डी माण वाली गल है और आने वाली पीढ़ी नूं इह सेध है भी गलत पासे नूं ना जाण ते वध तो वध खेडां दे नाल जुड़न, साडा सुनेहा इन्हां बच्चियां नूं इहो ही। अच्छा जी सुनो जी, अच्छा बिला भाजी आप जी ने बहुत वधिया मैसेज दिता, साडा समाज नौजवान है, नौजवान खेडां वालों जाण के साडा समाज सजिया जाएगा, वधिया समाज होएगा, वधिया समाज विच एक सारू जिंदगी बनती है समाज की। आप जी कहने का भाव यही जी 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 सत। अच्छा जी वाहिगुरु जी का खालसा वाहिगुरु जी की फतेह।